ਉਧਰ ਜਿਹੜੀ ਅੱਜ ਦੀ ਵੱਡੀ ਜੱਡੀ ਮੈਦਾਨ ਦੇ ਵਿੱਚ ਲੱਲੂ ਪਹਿਲਵਾਨ ਜੰਮੂ ਚੇਂਡ ਦੇ ਪੁਲਿਸ ਆ ਸੈਂਟਰ ਟੀਮ ਦਾ ਮੁਲਾਜ਼ਮ ਹੈ। ਵਾਕਈ 69-11 ਆਖਦੇ ਆ ਜੰਮੂ ਦਾ। ਤੇ ਦੂਜੇ ਪਾਸੇ ਆ ਵਿਨਾਇਕ ਹੈ ਯੂਪੀ ਵਾਲਾ, ਆਈਓ ਰਿਸ਼ਾ ਕਹਿੰਦਾ ਚੜ੍ਹਦੀ ਜਵਾਨੀ ਦਾ ਨੀ ਮਾਣ ਕਰੀਦਾ, ਇਹ ਸੱਪਾਂ ਦੀਆਂ ਸਿਰੀਆਂ ਤੇ ਨਹੀਂ ਉਹ ਪੈਰ ਕਰੀਦਾ। ਤੇ ਹੁੰਦੇ ਨੇ ਬਗਾਨੇ ਪੁੱਤ ਭਰੇ ਤੋਂ ਭਰੇ, ਉਹ ਸਾਡੇ ਬਾਰੇ ਦਿਲ ਵਿੱਚ ਰੱਖੀ ਨਾ ਭੁਲੇਖੇ, ਰੋਲ ਦਿੱਤੇ ਇੱਥੇ ਆਪਾਂ ਖਰੇ ਤੋਂ ਖਰੇ, ਤੇ ਰੋਲ ਦਿੱਤੇ ਇੱਥੇ ਆਪਾਂ ਖਰੇ ਤੋਂ ਖਰੇ। ਚਲੋ 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 ਇੱਧਰ ਪਾਣੀ ਕੁਸ਼ਤੀ ਹੈ, ਜਿਹੜਾ ਪਹਿਲਵਾਨ ਪਹਿਲਾ ਪੁਆਇੰਟ ਲੈ ਗਿਆ ਉਹ ਕੁਸ਼ਤੀ ਦੇ ਜੇਤੂ ਹੋਣਾ। ਚਲੋ ਵੀ ਚਲੋ 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 ਸਭਾ 3 ਮਿੰਟ ਦਾ ਔਰ ਪੁਆਇੰਟ ਦੇ ਕੁਸ਼ਤੀ ਚੱਲਦੀ ਹੈ ਇਹਨਾਂ ਪਹਿਲਵਾਨਾਂ ਦੇ ਦਰਮਿਆਨ। ਬੇਚਾਰੇ ਬੱਚੇ ਟੋਲੀ ਟੋਲੀ ਬਈ ਧਿਆਨ ਦਿਓ, ਪਹਿਲਵਾਨ ਬਾਹਰ ਨਹੀਂ ਜਾਣਾ, ਪੁਆਇੰਟ ਦੇ ਕੁਸ਼ਤੀ ਚੱਲਦੀ ਹੈ, ਬਾਹਰ ਨਹੀਂ ਜਾਣਾ। ਕਹਿੰਦਾ ਜਿਹਨਾਂ ਕੀਤੀਆਂ ਮਿਹਨਤਾਂ ਉੱਠ ਤੜਕੇ, ਹੋ ਮੁੱਲ ਪੈਂਦਾ ਹੈ ਵਿੱਚ ਮੈਦਾਨਾਂ ਦੇ ਤੇ ਕਿੱਲਿਆਂ ਦੇ ਵਿੱਚ ਪੇੜ ਜੁੜਦੇ, ਜਦ ਭੇੜ ਹੁੰਦੇ ਨੇ ਸਾਨਾਂ ਦੇ ਉਹ ਘਰ ਛੱਡ ਕੇ ਖਾੜੇ ਵਿੱਚ ਰਹਿੰਦੇ ਆ, ਵੱਡੇ ਜਿਗਰੇ ਵੇਖ ਜਵਾਨਾਂ ਦੇ ਅਮਨ ਡੇਰੇ ਬਾਬੇ ਨਾਨਕ ਵੇ ਜਿਨ੍ਹਾਂ ਮਾਰ ਗਿਰਾਂ ਦੀ ਚੱਲੀ ਆ। ਸਾਡੇ ਢੋਲੀ ਵੀਰਾਂ ਨੇ ਵੀ ਅੱਜ ਪੂਰਾ ਆਨੰਦ ਮਾਣਿਆ ਸਿੰਘ ਦਾ, ਬਹੁਤ ਬਹੁਤ ਧੰਨਵਾਦ ਹੈ ਤੁਹਾਡਾ, ਵੱਡਾ ਧੰਨਵਾਦ ਕਰਦੇ ਹਾਂ। ਤੇ ਆਦਰ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਪੰਡਿਤ ਸ਼ਿਵ ਕੁਮਾਰ ਸ਼ਰਮਾ ਜੀ, ਜਿਹਨਾਂ ਦੀ ਰੇਖ ਦੇ ਵਿੱਚ ਸ਼ਿੰਗ ਮੇਲਾ ਕਰਵਾਇਆ ਗਿਆ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਅੱਜ ਦੇ ਮੁੱਖ ਮਹਿਮਾਨ ਵੱਡਾ ਧੰਨਵਾਦ ਕਰਦੇ ਹਾਂ, ਸਾਡੇ ਰਜਿੰਦਰ ਮਿੰਗੀ ਜੀ। ਔਰ ਨੋਟ ਕਰੋ ਵੀ 23 ਤਰੀਕ ਨੂੰ ਜਿਹੜਾ ਬਾਬਾ ਗਾਰ ਜੀ ਤੋਂ ਦੀ ਧਰਤੀ ਤੇ ਕੁਸ਼ਤੀ ਦੰਗਲ ਹੈ, ਸਾਰੇ ਦਰਸ਼ਕਾਂ ਨੂੰ ਖੁੱਲੇ ਸੱਦੇ ਨੇ 23 ਤਰੀਕ ਨੂੰ ਬਾਬਾ ਅਘਾਰ ਜੀ ਤੋਂ ਦੀ ਧਰਤੀ ਤੇ ਜਿਹੜਾ ਕੁਸ਼ਤੀ ਦੰਗਲ ਹੈ, ਔਰ 25 ਤਰੀਕ ਨੂੰ ਜਿਹੜਾ ਪਣਿਆ ਦੀ ਧਰਤੀ ਤੇ ਕੁਸ਼ਤੀ ਦੰਗਲ ਹੈ ਉੱਥੇ ਵੀ ਸਾਰੇ ਦਰਸ਼ਕਾਂ ਨੇ ਪੁੱਜਣਾ। 25 ਤਰੀਕ ਨੂੰ ਜਿਹੜਾ ਵਾਹ ਵਾਹ ਵਾਹ।